ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਿਸ਼ਵਾ ਗਿੱਲ ਹੋਤਰਾ ਪਹਿਲਾ ਪੇਸ਼ ਨੇ ਚੌਣਵੀਆਂ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਨਵੀ ਦਿੱਲੀ ਵਿੱਚ 4 ਦਿਨਾਂ ਤੱਕ ਚੱਲਣ ਵਾਲੀ ਖੇਤੀ ਭੋਜਨ ਪ੍ਰਣਾਲੀਆਂ ਬਾਰੇ ਅੰਤਰਰਾਸ਼ਟਰੀ ਖੋਜ ਕਾਨਫਰੰਸ ਦਾ ਉਦਘਾਟਨ ਕਰਨਗੇ ਵਿਦੇਸ਼ ਮੰਤਰਾਲਾ ਵੱਲੋਂ ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀਆਂ ਨੂੰ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਸਲਾਹ ਏਅਰ ਇੰਡੀਆ ਨੇ テルਅਵੀਵ ਆਉਣ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ 14 ਅਕਤੂਬਰ ਤੱਕ ਰੱਦ ਕੀਤੀਆਂ ਕੇਂਦਰੀ ਸਹਿਕਾਰਤਾ ਮੰਤਰਾਲੇ ਵੱਲੋਂ ਪਿੰਡੂ ਵਿਕਾਸ ਬੈਂਕਾਂ ਦੇ ਰਜਿਸਟਰਾਰ ਦਫ਼ਤਰਾਂ ਦਾ ਕੰਪਿਊਟਰਿਕਰਨ ਕਰਨ ਦਾ ਫੈਸਲਾ ਜਲੰਧਰ ਦੇ ਹਫਤਾਰਨਗਰ ਵਿੱਚ ਵਾਪਰੇ ਇੱਕ ਅਗਹਾਤ ਸੇਵ ਵਿੱਚ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਤ ਦੰਦਾਂ ਦੀ ਸਾਮ ਸੰਭਾਲ ਲਈ ਵਧੀਆ ਸੇਵਾਵਾਂ ਲਈ ਫਰੀਦਕੋਟ ਜ਼ਿਲ੍ਹੇ ਨੂੰ ਕੀਤਾ ਗਿਆ ਸਨਮਾਨਿਤ 19 ਆਸ਼ੀਆਈ ਖੇਡਾਂ ਤੋਂ ਤੜਾਕੇ ਨਾਲ ਚੀਂਦੇ ਹਾਂਗਜ਼ੂ ਵਿੱਚ ਸੰਪਨ ਭਾਰਤ 28 ਸੋਨ ਤਮਗੀਆਂ ਸਮੇਤ ਕੋਲ 107 ਤਮਗੀਆਂ ਜਿੱਤ ਕੇ ਚੌਥੀ ਥਾਂ ਤੇ ਰਿਹਾ ਵਿਸ਼ਵ ਕੱਪ ਕ੍ਰਿਕਟ ਵਿੱਚ ਭਾਰਤ ਦੀ ਸ਼ਾਨਦਾਰ ਜੇਤੂ ਸ਼ੁਰੂਆਤ ऑस्ट्रेलिया ਨੂੰ ਪਹਿਲੇ ਮੈਚ ਵਿੱਚ ਹੀ 6 ਵਿਕਟਾਂ ਨਾਲ ਹਰਾਇਆ ਤੇ ਹੁਣ ਕਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਨਵੀਂ ਦਿੱਲੀ ਵਿੱਚ 4 ਦਿਨਾਂ ਤੱਕ ਚੱਲਣ ਵਾਲੀ ਖੇਤੀ ਪੋਜਨ ਪ੍ਰਣਾਲੀਆਂ ਬਾਰੇ ਅੰਤਰਰਾਸ਼ਟਰੀ ਖੋਜ ਕਾਨਫਰੰਸ ਦਾ ਉਦਘਾਟਨ ਕਰਨਗੇ। ਭਾਰਤੀ ਖੇਤੀ ਖੋਜ ਪ੍ਰਸ਼ਦ ਤੇ ਅੰਤਰਰਾਸ਼ਟਰੀ ਖੋਜ ਬਾਰੇ ਸਲਾਹਕਾਰੀ ਸਮੂਹ ਜੈਂਡਰ ਪਲੇਟਫਾਰਮ ਇਸ ਕਾਨਫਰੰਸ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਕਾਨਫਰੰਸ ਦਾ ਸਿਰਲੇਖ ਖੋਜ ਤੋਂ ਪ੍ਰਭਾਵ ਤੋਂ ਅਗੇ ਨੀਆਂ ਤੇ ਰੈਜ਼ੀਲੈਂਟ ਐਗਰੀ ਫੂਡ ਪ੍ਰਣਾਲੀ ਹੈ। ਕਾਨਫਰੰਸ ਬਾਰੇ ਜਾਣਕਾਰੀ ਦਿੰਦੇ ਆਂ ਭਾਰਤੀ ਖੇਤੀ ਖੋਜ ਪ੍ਰਸ਼ਦ ਦੇ ਡਾਇਰੈਕਟਰ ਜਨਰਲ ਹਿਮਾਂਸ਼ੂ ਪਾਟਕ ਨੇ ਦੱਸਿਆ ਕਿ ਹਾਲ ਵਿੱਚ ਹੀ ਹੋਏ ਜੀ 20 ਸ਼ਿਖਰ ਸਮੇਲਨ ਦੇ ਦੇ ਨਜ਼ਰ ਇਹ ਕਾਨਫਰੰਸ ਅਤੇ ਇਸ ਦਾ ਵਿਸ਼ਾ ਮਹੱਤਵਪੂਰਨ ਹੈ ਅਤੇ ਇਸ ਵਿੱਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦਾ ਸਮਰਥਨ ਕੀਤਾ ਗਿਆ ਹੈ ਵਿਦੇਸ਼ ਮੰਤਰਾਲੇ ਨੇ ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀਆਂ ਨੂੰ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਨਾਗਰਿਕਾਂ ਨੂੰ ਗੈਰ ਜ਼ਰੂਰੀ ਆਵਾਜਾਈ ਤੋਂ ਬਚਣ ਅਤੇ ਚੌਕਸ ਰਹਿਣ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਐਮਰਜੈਂਸੀ ਦੀ ਸਥਿਤੀ ਲਈ ਟੈਲੀਫੋਨ ਨੰਬਰ ਤੇ ਈਮੇਲ ਆਈਡੀ ਵੀ ਜਾਰੀ ਕੀਤੀ ਹੈ। ਕਿਸੇ ਵੀ ਮੁਸ਼ਕਲ ਦੀ ਘੜੀ ਵਿੱਚ ਭਾਰਤੀ ਨਾਗਰਿਕ ਸੰਪਰਕ ਨੰਬਰ ਅਤੇ ਈਮੇਲ ਰਾਹੀਂ ਭਾਰਤੀ ਦੂਤਕਰਨ ਨਾਲ ਸੰਪਰਕ ਕਰ ਸਕਦੇ ਨੇ। ਇਸੇ ਦੌਰਾਨ ਫلسطੀਨ ਵਿੱਚ ਸਥਿਤ ਭਾਰਤ ਦੇ ਪ੍ਰਤੀਨਿਧੀ ਦਫ਼ਤਰ ਨੇ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਐਡਵਾਈਜ਼ਰੀ ਵਿੱਚ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਨੰਬਰ ਜ਼ਾਈ ਕੀਤੇ ਗਏ ਨੇ ਏਅਰ ਇੰਡੀਆ ਨੇ ਤਿਲਵੀਵ ਨੂੰ ਆਉਣ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ 14 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਨੇ ਸੋਸ਼ਲ ਮੀਡੀਆ ਤੇ ਪਾਈ ਗਈ ਇੱਕ ਪੋਸਟ ਵਿੱਚ 에ਅਰਲਾਈਨ ਨੇ ਦੱਸਿਆ ਕਿ ਮੁਸਾਫਰਾਂ ਅਤੇ ਅਮਲੇ ਦੇ ਮੈਂਬਰਾਂ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਤਿਲਵੀਵ ਜਾਣ ਵਾਲੀਆਂ ਅਤੇ ਉੱਥੋਂ ਆਉਣ ਵਾਲੀਆਂ ਉਡਾਨਾਂ ਸ਼ਨੀਵਾਰ ਤੱਕ ਮੁਲਤਵੀ ਰਹਿਣਗੀਆਂ 에ਅਰਲਾਈਨ ਨੇ ਇਹ ਵੀ ਕਿਹਾ ਹੈ ਕਿ ਉਹ ਉਨ੍ਹਾਂ ਮੁਸਾਫਰਾਂ ਦੀ ਹਰ ਸੰਭਵ ਸਹਾਇਤਾ ਕਰੇਗੀ ਜਿਨ੍ਹਾਂ ਨੇ ਇਸ ਦੌਰਾਨ ਕਿਸੇ ਵੀ ਉਡਾਨ ਬੁਕਿੰਗ ਦੀ ਪੁਸ਼ਟੀ ਕੀਤੀ ਹੈ 에ਅਰ ਇੰਡੀਆ ਵੱਲੋਂ ਇਹ ਫੈਸਲਾ ਹਮਾਸ ਅਤਵਾਦੀਆਂ ਵੱਲੋਂ ਇਸਰਾਈਲ ਦੇ ਕੀਤੇ ਗਏ ਹਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਸ ਵਿੱਚ ਦੋਹਾਂ ਹੀ ਧਿਰਾਂ ਵਿੱਚ ਸੰਘਰਸ਼ ਚੱਲ ਰਿਹਾ ਹੈ ਤੇ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਸੜਕ ਆਵਾਜਾਈ ਤੇ ਸ਼ਹਿਰਾ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ 295 ਮੀਟਰ ਲੰਬੀ ਮਾਰੂਤ ਸੁਰੰਗ ਦੇ ਨਾਲ 250 ਮੀਟਰ ਵਾਇਆ ਡਕਟ ਦਾ ਨਿਰਮਾਣ ਸਫਲਤਾਪੂਰਵਕ ਪੂਰਾ ਹੋ ਗਿਆ ਏ ਸੋਸ਼ਲ ਮੀਡੀਆ ਪੋਸਟ ਵਿੱਚ ਗੜਕਰੀ ਨੇ ਦੱਸਿਆ ਹੈ ਕਿ ਇਹ ਪ੍ਰੋਜੈਕਟ 82 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਹ ਕੌਮੀ ਸ਼ਾਰਾ 44 ਦੇ ਰਾਮਬਾਂ ਤੋਂ ਬਨੀਹਾਲ ਸੈਕਸ਼ਨ ਤੱਕ ਇਹ 645 ਮੀਟਰ ਖੜਨਾ ਸਿਰਫ ਯਾਤਰਾ ਦੀ ਦੂਰੀ ਨੂੰ ਕਟਾਏਗਾ ਬਲਕਿ ਇੱਕ ਬਦਲਵਾ ਰਸਤਾ ਵੀ ਪ੍ਰਦਾਨ ਕਰੇਗਾ ਗੜਕਰੀ ਨੇ ਕਿਹਾ ਕਿ ਉਹਨਾਂ ਦੇ ਮੰਤਰਾਲੇ ਜੰਮੂ ਕਸ਼ਮੀਰ ਵਿੱਚ 20 ਸਾਲ ਹਾਈਵੇ ਟਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਕੇਂਦਰੀ ਸਹਿਕਾਰਤਾ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਹਿਕਾਰੀ ਕਮੇਟੀਆਂ ਅਤੇ 1852 ਖੇਤੀ ਅਤੇ ਪਿੰਡੂ ਵਿਕਾਸ ਬੈਂਕਾਂ ਦੇ ਰਜਿਸਟਰਾਰ ਦਫ਼ਤਰਾਂ ਦਾ ਕੰਪਿਊਟਰਿਕरण ਕਰਨ ਅਤੇ ਉਹਨਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਫੈਸਲਾ ਕੀਤਾ ਹੈ ਪ੍ਰਾਇਮਰੀ ਖੇਤੀ ਕਰਜ਼ਾ ਸੇਵਾਵਾਂ ਦੀ ਕੰਪਿਊਟਰ ਕਰਨ ਯੋਜਨਾ ਦੀ ਤਰਜ਼ ਤੇ 13 ਸੂਬਿਆਂ ਵਿੱਚ ਕੰਮ ਰੁ ਕਰ ਰਹੇ ਖੇਤੀ ਅਤੇ ਪਿੰਡੂ ਵਿਕਾਸ ਬੈਂਕਾਂ ਦੇ ਕੰਪਿਊਟਰ ਕਰਨ ਲਈ ਕੇਂਦਰੀ ਸੰਪੋਸਟ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਰਾਸ਼ਟਰੀ ਇਕੀਕ੍ਰਿਤ ਸੌਫਟਵੇਅਰ ਅਤੇ ਸਾਰੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਰਜਿਸਟਰਾਰ ਦਫ਼ਤਰਾਂ ਦੇ ਕੰਪਿਊਟਰ ਕਰਨ ਰਾਹੀਂ ਅជីਹਾ ਕੀਤਾ ਜਾਵੇਗਾ ਇਸ ਯੋਜਨਾ ਤੇ ਕੁੱਲ 225 ਕਰੋੜ ਰੁਪਏ ਖਰਚ ਆਂਦਾ ਅੰਦਾਜ਼ਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਤਹਿਤ ਤਾਰੀਵਾਲ ਦੇ ਹਿੰਦੂ ਕન્યા ਮਾ ਹਾਲ ਵਿਦਿਆਲਿਆ ਵਿੱਚ ਅਧਿਆਪਕਾਂ ਵਿਦਿਆਰਥੀਆਂ ਤੇ ਪ੍ਰਬੰਧਕਾਂ ਦੇ ਮਿੱਟੀ ਨੂੰ ਹੱਥ ਵਿੱਚ ਲੈ ਕੇ ਸੰਕਲਪ ਲਿਆਏ ਕਿ ਉਹ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਗੇ। ਤਾਰੀਵਾਲ ਨਗਰ ਕੌਂਸਲ ਦੇ ਪ੍ਰਧਾਨ ਅਸ਼wini ਦੁੱਗਲ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਕਾਲਜ ਦੇ ਪ੍ਰੋਫੈਸਰ ਜਤਿਨ ਮਹਾਜਨ ਨੇ ਕਿਹਾ ਕਿ ਕਾਲਜ ਦੀਆਂ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਦੇਸ਼ ਹਿੱਤ ਲਈ ਕੰਮ ਕਰਨ ਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਸੰਕਲਪ ਲਿਆਏ। ਇਸ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੇਵਲ 크੍ਰਿਸ਼ਨ ਸ਼ਰਮਾ ਤੇ ਪ੍ਰਿੰਸੀਪਲ ਸੁਮਨ ਨੰਦਾ ਤੋਂ ਇਲਾਵਾ ਸਵਚ ਭਾਰਤ ਅਭਿਆਨ ਦੇ ਕੋਆਰਡੀਨੇਟਰ ਰਵਿੰਦਰ ਸਿੰਘ ਤੇ ਵਿਦਿਆਰਥੀਆਂ ਵਿੱਚ ਹਾਜ਼ਰ ਸਨ ਮੈਂ ਤੇ ਮੇਰੇ ਸਟਾਫ ਨੇ ਅੱਜ ਆਪਾਂ ਇੱਕ ਸ਼ਬਦ ਲਈ ਹੈ ਜਿਹਦਾ ਟਾਈਟਲ ਸੀ ਮੇਰੀ ਮਿੱਟੀ ਮਾਰਾ ਦੇਸ਼ ਉਹਦੇ ਤਹਿਤ ਕੀ ਹੈ ਕਿ ਆਪਾਂ ਇੱਕ ਮਿੱਟੀ ਨੂੰ ਹੱਥ ਲੈ ਕੇ ਦੇਸ਼ ਦੀ ਮਿੱਟੀ ਨੂੰ ਸ਼ਬਦ ਲਈ ਹੈ ਜਿਹਦੇ ਚ ਆਪਾਂ ਆਪਣੇ ਆਪ ਨੂੰ ਗਰਵ ਮਹਿਸੂਸ ਕੀਤਾ ਆਪਣੇ ਆਪ ਕਿ ਆਪਾਂ ਭਾਰਤ ਵਰਗੇ ਦੇਸ਼ 'ਚ ਜਨਮ ਲਿਆ ਵਾ ਇਸ ਦੀ ਵਿਰਾਸਤ ਬਹੁਤ ਹੀ ਸਮੇਂ ਪ੍ਰਾਨੀ ਹੈ ਮੈਂ ਬਹੁਤ ਮਾਨ ਕਰਦੀ ਹਾਂ ਕਿ ਸਾਨੂੰ ਵੀ ਇਸ ਧਰਤੀ ਤੇ ਇਸ ਮੌਕੇ ਦੇ ਵਿੱਚ ਕੁਝ ਬੋਲਣ ਦਾ ਜਾਂ ਇਸ ਕਰਨ ਦਾ ਸਾਨੂੰ ਇੱਕ ਮੌਕਾ ਮਿਲਿਆ ਹੈ ਤੇ ਮੈਨੂੰ ਆਪਣੀਆਂ ਸਾਰੀਆਂ ਡਿਊਟੀਆਂ ਦੇ ਪ੍ਰਤੀ ਅਵੇਅਰ ਕੀਤਾ ਗਿਆ ਮੈਨੂੰ ਆਪਣਾ ਪਤਾ ਲੱਗੇ ਕਿ ਸਾਨੂੰ ਅਹੀਂ ਆਪਣੇ ਦੇਸ਼ ਦੇ ਪ੍ਰਤੀ ਕੀ ਕੀ ਉਪਰਾਲੇ ਆਪਾਂ ਕਰ ਸਕਦੇ ਹਾਂ ਦੰਦਾਂ ਦੀ ਸਾਮ ਸੰਭਾਲ ਲਈ ਮਰੀਜ਼ਾਂ ਨੂੰ 34ਵੇਂ ਤੇ 35ਵੇਂ ਪਿੰਡਵਾੜੇ ਦੌਰਾਨ ਵਧੀਆ ਸਹੂਲਤਾ ਦੇਣ ਅਤੇ ਮਿੱਥੇ ਟੀਚੇ ਤੋਂ ਵੱਧ ਮੁਫਤ ਦੰਦਾਂ ਦੇ ਸੈੱਟ ਲਗਾਉਣ ਲਈ ਫਰੀਦਕੋਟ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਸਰਟੀਫਿਕੇਟ ਅਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਨੀਤ ਕੁਮਾਰ ਤੇ ਸਿਵਲ ਸਰਜਨ ਡਾਕਟਰ ਅਨਿਲ ਗੋਇਲ ਨੇ ਇਸ ਉਪਲਬਧੀ ਲਈ ਦੰਦਾਂ ਦੇ ਵਿਭਾਗ ਦੇ ਡਾਕਟਰਾਂ ਨੂੰ ਵਧਾਈ ਦਿੱਤੀ ਹੈ। ਕਾਰਜਕਾਰੀ ਜ਼ਿਲ੍ਹਾ ਡੈਂਟਲ ਅਧਿਕਾਰੀ ਡਾਕਟਰ ਨਰਮਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਲ 2022 ਦੌਰਾਨ 34ਵੇਂ ਦੰਦਾਂ ਦੇ ਪਿੰਡਵਾੜੇ ਅਤੇ 2023 ਦੌਰਾਨ 35ਵੇਂ ਪਿੰਡਵਾੜੇ ਨਾਜ਼ਮੂ ਟੀਚੇ ਤੋਂ ਵੱਧ ਮੁਫਤ ਦੰਦਾਂ ਦੇ ਸੈੱਟ ਲਗਾਉਣ ਲਈ ਸੂਬੇ ਵਿੱਚ ਤੀਜੀ ਥਾਂ ਤੇ ਹਾਸਲ ਹੋਈ ਹੈ ਗਰਭਵਤੀ ਮਹਿਲਾਵਾਂ ਤੇ 5 ਸਾਲ ਤੱਕ ਦੇ ਬੱਚਿਆਂ ਦੇ ਟੀਕਾ ਕਰਨ ਲਈ ਮਿਸ਼ਨ ਇੰਦਰ ਤਨੁਸ਼ ਪੰਜ ਦਾ ਦੂਜਾ ਗੇਟ ਸ਼ੁਰੂ ਹੋ ਗਿਆ ਹੈ ਇਹ ਗੇਟ 14 ਅਕਤੂਬਰ ਤੱਕ ਚੱਲੇਗਾ ਪੰਜਾਬ ਦੇ ਸਿਹਤ ਵਿਭਾਗ ਨੇ ਮਿਸ਼ਨ ਇੰਦਰ ਤਨੁਸ਼ ਦੇ ਦੂਜੇ ਗੇਟ ਨੂੰ ਸਫਲ ਬਣਾਉਣ ਲਈ ਤਿਆਰੀਆਂ ਮੁਕੰਮਲ ਕਰ ਲੀਆਂ ਨੇ ਇਸ ਗੇਟ ਤਹਿਤ 5 ਸਾਲ ਤੱਕ ਦੇ ਬੱਚਿਆਂ ਨੂੰ ਅਤੇ ਗਰਭਵਤੀ ਮਹਿਲਾਵਾਂ ਦੇ ਸੰਪੂਰਨ ਟੀਕਾਕਰਨ ਨੂੰ ਯਕੀਨੀ ਬਣਾਇਆ ਜਾਵੇਗਾ ਜੋ ਜੱਚਾ ਤੇ ਬੱਚਾ ਮੌਤ ਦਰ ਤੋਂ ਕਟਾਇਆ ਜਾ ਸਕੇ ਇੰਦਰਤਨ ਮਿਸ਼ਨ ਦਾ ਤੀਜਾ ਗੇੜ 20 ਨਵੰਬਰ ਤੋਂ 25 ਨਵੰਬਰ ਤੱਕ ਚਲਾਇਆ ਜਾਵੇਗਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸਿਵਲ ਸਰਜਨ ਡਾਕਟਰ ਦਿਵਿੰਦਰਜੀਤ ਕੋਰ ਨੇ ਟਿਕਾਕਰਨ ਮੁਹਿੰਮ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਮਿਸ਼ਨ ਟਿਕਾਕਰਨ ਪਾਰੇ ਨੂੰ ਕਟਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ ਜ਼ਿਲ੍ਹਾ ਟਿਕਾਕਰਨ ਅਫਸਰ ਡਾਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਹਿੰਮ ਨੂੰ ਸਫਲ ਬਣਾਉਣ ਲਈ ਪਟਿਆ ਫੈਕਟਰੀਆਂ ਉਹ ਸਾਰੀ ਅਧੀਨ ਇਮਾਰਤਾਂ ਤੇ ਪਹੁੰਚ ਤੋਂ ਦੂਰ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋੜ ਲੋੜਵੰਦਾਂ ਦਾ ਠੀਕਾ ਕਰਨ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਇਹ ਦੇਸ਼ ਵਿਆਪੀ ਮੁਹਿੰਮ ਖਸਰਾ ਅਤੇ ਰੂਬੇਲਾ ਰੋਗਾ ਦੇ ਖਾਤਮੇ ਵੱਲ ਇੱਕ ਅਹਿਮ ਕਦਮ ਹੈ ਜਲੰਧ ਦੇ ਡਿਪਟੀ ਕਮਿਸ਼ਨਰ ਵਿਸ਼ੇ ਸਾਰੰਗਲ ਨੇ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਜਨਾ ਦੇ ਤਹਿਤ ਲੈਂਡ ਸਿਰਿੰਗ, ਇਕਈਕੇਵਾਈਸੀ ਦੇ ਅਤੇ ਆਧਾਰ ਨੰਬਰ ਨਾਲ ਬੈਂਕ ਖਾਤੇ ਨੂੰ ਜੋੜਨਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਦਾ ਵੇਰਵਾ ਦਰਜ ਕਰਾਉਣ ਲਈ ਖੇਤਰੀ ਖੇਤੀਬਾੜੀ ਦਫ਼ਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਡਿਪਟੀ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਯੋਜਨਾ ਦੀ 15ਵੀਂ ਕਿਸ਼ਤ ਤਹਿਤ 2000 ਰੁਪਏ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਵੱਲੋਂ ਤੈਅ ਸ਼ਰਤਾਂ ਨੂੰ ਪੂਰਾ ਕੀਤਾ ਗਿਆ ਹੈ ਵਧੇਰੇ ਜਾਣਕਾਰੀ ਲਈ ਇੱਕ ਮੋਬਾਈਲ ਨੰਬਰ ਤੇ ਈਮੇਲ ਆਈਡੀ ਵੀ ਜਾਰੀ ਕੀਤੀ ਗਈ ਹੈ पीएम स्वनिधि योजना संबंधी जालंधर नगर निगम दे कमिश्नर ऋषिपाल सिंह ने जिला कोऑर्डिनेटर ਨਾਲ ਇੱਕ ਬੈਠਕ ਕੀਤੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਨગર ਨਿਗਮ ਕਮਿਸ਼ਨਰ ਨੇ ਯੋਜਨਾ ਤਹਿਤ ਲਾਪਤਰੀਆਂ ਨੂੰ ਕਰਜ਼ਾ ਲੈਣ ਸੰਬੰਧੀ ਲੰਬਿਤ ਪਈਆਂ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਉਹਨਾਂ ਦੱਸਿਆ ਕਿ ਹੁਣ ਤੱਕ ਪੀਐਮ ਸਵਨਿधि ਯੋਜਨਾ ਤਹਿਤ 13093 ਲਾਪਤਰੀਆਂ ਲਈ ਕਰਜ਼ਾ ਮਨਜ਼ੂਰ ਕੀਤਾ ਗਿਆ ਹੈ ਉਹਨਾਂ ਬੈਂਕ ਅਧਿਕਾਰੀਆਂ ਨੂੰ ਸਕੀਮ ਦੇ ਮਿੱਥੇ ਟੀਚੇ ਨੂੰ ਹਾਸਲ ਕਰਨ ਲਈ ਬਿਨੇ ਪੱਤਰਾਂ ਦਾ ਜਲਦ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਛੋਟੇ ਕਾਰੋਬਾਰੀਆਂ ਨੂੰ ਸ਼ੇਰੀ ਮਿਲ ਸਕੇ ਨਗਰ ਨਿਗਮ ਕਮਿਸ਼ਨਰ ਨੇ ਉਹਨਾਂ ਨੂੰ ਵਕ ਵਕ ਲੋਕ ਪলাই ਸਕੀਮਾ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਵੀ ਆਖਿਆ ਏ ਜਲੰਧਰ ਦੇ ਅਫਤਾਰਨਗਰ ਸਥਿਤ ਇੱਕ ਕਾਰਵਿਚ ਕੱਲ ਦੇ ਰਾਤ ਹੋਏ ਅਚਨ ਛਿਤੀ ਤਮਾਕੀ ਨਾਲ ਲੱਗੀ ਅੱਗ ਵਿੱਚ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਜੀਆਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਪਛਾਣ 65 ਸਾਲ ਯਸ਼ਪਾਲ ਕਈ 39 ਸਾਲ ਦੀ ਨੂਰੂਜੀ 8 ਸਾਲ ਦੇ ਪੁੱਤਰ ਅਕਸ਼ੇ ਅਤੇ 10 ਤੇ 15 ਸਾਲ ਦੀ ਉਮਰ ਦੀਆਂ ਪੋਤਰੀਆਂ ਦੀਆ ਅਤੇ ਮਨਸ਼ਾ ਵਜੋਂ ਹੋਈ ਹੈ ਜਦਕਿ ਹਾਦਸੇ ਵਿੱਚ ਯਸ਼ਪਾਲ ਦਾ ਪੁੱਤਰ 42 ਸਾਲਾ ਇੰਦਰਪਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਯਸ਼ਪਾਲ ਦੀ ਪਤਨੀ ਬਲਵੀਰ ਕੌਰ ਦਾ ਬਚਾ ਹੋ ਗਿਆ ਹੈ ਪਰਿਵਾਰਿਕ ਮੈਂਬਰਾਂ ਸਾਥ ਤਕਰੀਬਨ ਰਾਤ ਪੋਨੇ 10 ਵਜੇ ਉਸ ਵੇਲੇ ਅਚਨਚੇਤੀ ਤਮਾਕਾ ਹੋਇਆ ਤੇ ਅਗਲਾ ਗਈ ਜਿਸ ਤੋਂ ਬਚਾ ਪੂਰੇ ਘਰ ਵਿੱਚ ਗੈਸ ਫੈਲ ਗਈ ਇਸ ਗੱਲ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਹ ਕਟਨਾ ਗੈਸ ਸਿਲੰਡਰ ਲੀਕ ਹੋਕਰ ਵਾਪਰੇ ਆਏ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇੱਕ ਪੁਕਤਾ ਸੂਚਨਾ ਮਿਲਣ ਤੇ ਅੰਮ੍ਰਿਤਸਰ ਜ਼ਿਲ੍ਹੇ ਪੰਜਗराई ਵਿੱਚ ਤਲਾਸ਼ੀ ਅਭਿਆਨ ਚਲਾਇਆ ਇਸ ਤਲਾਸ਼ੀ ਅਭਿਆਨ ਦੌਰਾਨ ਜਵਾਨਾਂ ਨੂੰ ਪਿੰਡਾਂ ਦੇ ਬਾਹਰ ਇੱਕ ਖੇਤ ਵਿੱਚੋਂ ਟੁੱਟੀ ਹੋਈ ਹਾਲਤ ਵਿੱਚ ਇੱਕ ਡਰੋਨ ਬਰਾਮਦ ਕੀਤਾ ਬਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੀਐਸਐਫ ਦੇ ਮੁਸਤੈਜ ਜਵਾਨਾਂ ਦੇ ਯਤਨਾਂ ਸਦਕਾ ਇਹ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਹੈ ਰੰਗਾਰੰਗ ਸਮਾਰੋਹ ਤੇ ਢਿੱਖਕ ਆਤਸ਼ਬਾਜੀ ਨਾਲ 19ਵੀਂ এਸ਼ੀਆਈ ਖੇਡਾਂ ਕਲਚੀਨ ਦੇ ਹਾਂਗਜ਼ੂ ਵਿੱਚ ਸੰਪੰਨ ਹੋ ਗਈਆਂ ਭਾਰਤੀ ਹਾਕੀ ਟੀਮ ਦੇ ਗੋਲਕੀਪਰ ਪੀ ਆਰ ਸਰਜੇਸ਼ ਭਾਰਤੀ ਤਿਰੰਗਾ ਹੱਤਾ ਚ ਲੈ ਕੇ ਮੈਦਾਨ ਵਿੱਚ ਦਾਖਲ ਹੋਏ এਸ਼ੀਆਈ 올림픽 ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਾਜਾ ਰঞ্জੀਤ ਸਿੰਘ ਨੇ ਇਨ੍ਹਾਂ ਖੇਡਾਂ ਦੀ ਸਮਾਪਤੀ ਰਸਮੀ ਤੌਰ ਤੇ ਐਲਾਨ ਕੀਤਾ ਅਗਲੇ এਸ਼ੀਆਈ ਖੇਡਾਂ ਸਾਲ 2026 ਵਿੱਚ ਜਾਪਾਨ ਦੇ ਨਗਰਿਆਂ ਵਿੱਚ ਹੋਣਗੀਆਂ ਕੱਲ ਖਤਮ ਹੋਈਆਂ এਸ਼ੀਆਈ ਖੇਡਾਂ ਵਿੱਚ ਭਾਰਤ ਸੋਨ ਨੇ ਦੇ 28 ਚਾਂਦੀ ਦੇ 38 ਤੇ ਕਾਂਸੀ ਦੇ 41 ਤਮਗਿਆਂ ਸਮੇਤ ਕੁੱਲ 107 ਤਮਗੇ ਜਿੱਤ ਕੇ ਚੌਥੀ ਥਾਂ ਤੇ ਰਿਹਾ। ਭਾਰਤ ਨੇ ਖੇਡਾਂ ਦੇ 24 ਦਿਨ ਸੋਨੇ ਦੇ 6 ਚਾਂਦੀ ਦੇ 4 ਅਤੇ ਕਾਂਸੀ ਦੇ 2 ਤਮਗੇ ਸਮੇਤ ਕੁੱਲ 12 ਤਮਗੇ ਜਿੱਤੇ ਅਤੇ ਇਤਿਹਾਸਿਕ 100ਵਾਂ ਤਮਗਾ ਮਹਿਲਾ ਕਬੱਡੀ ਦੇ ਸੋਨੇ ਦੇ ਤਮਗੇ ਦੇ ਰੂਪ ਵਿੱਚ ਜਿੱਤਿਆ। ਭਾਰਤ ਨੂੰ ਸੱਤ ਤੋਂ ਬਾਅਦ 29 ਤਮਗੇ ਐਥਲੈਟਿਕਸ ਵਿੱਚ ਮਿਲੇ ਨੇ। ਜੈਵਲਿਨ ਥਰੋ ਵਿੱਚ ਨੀਰਜ ਚੋਪੜਾ ਨੇ ਸੋਨੇ ਅਤੇ ਕਿਸ਼ੋਰ ਕੁਮਾਰ ਜੈਨਾ ਨੇ ਚਾਂਦੀ ਦਾ ਤਮਗਾ ਜਿੱਤਿਆ। ਨਿਸ਼ਾਨੇਬਾਜ਼ੀ ਵਿੱਚ ਭਾਰਤ ਨੂੰ 7 ਸੋਨ ਤਮਗੀਆਂ ਸਮੇਤ 22 ਤਮਗੇ ਜਤਨਦਾਇਕ ਮਾਨ ਹਾਸਲ ਹੋਇਆ। ਭਾਰਤ ਕ੍ਰਿਕਟ ਤੇ ਕਬੱਡੀ ਟੀਮਾਂ ਨੇ ਵੀ ਸੋਨੇ ਦੇ ਤਮਗੇ ਹਾਸਲ ਕੀਤੇ ਮਰਦਾਂ ਦੀ ਹਾਕੀ ਵਿੱਚ ਭਾਰਤ ਨੇ ਸੋਨ ਤਮਗਾ ਜਿੱਤ ਕੇ ਪੈਰਿਸ 올림픽 ਦਾ ਕੋਟਾ ਵੀ ਹਾਸਲ ਕਰ ਲਿਆ ਬੈਡਮਿੰਟਨ ਵਿੱਚ ਸਾਧਵਿਕ ਰਾਈ ਰਾਜ ਰੰਕੀ ਰੈਡੀ ਤੇ ਚਿਰਾਗ ਸ਼ੈਟੀ ਵੀ ਜੋੜੀ ਨੇ ਪਹਿਲੀ ਵਾਰ ਸੋਨ ਤਮਗਾ ਜਿੱਤਿਆ ਟੈਨਿਸ ਵਿੱਚ ਰੋਹਨ ਬੋਪਨਾ ਤੇ ਰਿਤੂਜਾ ਗੋਸਲੇ ਨੇ ਮਿਕਸ ਡਬਲਸ ਵਿੱਚ ਸੋਨ ਤਮਗਾ ਜਿੱਤਿਆ ਸਕਵੈਸ ਵਿੱਚ ਵੀ ਦੀਪਿਕਾ ਪਲਿਕਲ ਤੇ ਹਰਿੰਦਰਪਾਲ ਸਿੰਘ ਸੰਧੂ ਨੇ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਿਕਸ ਡਬਲਸ ਦਾ ਸੋਨ ਤਮਗਾ ਹਾਸਲ ਕੀਤਾ ਤੀਰੰਦਾਜ਼ੀ ਵਿੱਚ ਭਾਰਤ ਨੇ ਨੌ ਤਮਗੇ ਜਿੱਤੇ ਜੋਤੀ ਸੁਰੇਖਾ ਵੇਨਮ ਨੇ ਏਸ਼ੀਆ ਖੇਡਾਂ ਦਾ ਰਿਕਾਰਡ ਬਣਾਉਂਦਿਆਂ ਮੇਲਾ ਕੰਪਾਊਂਡ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਭਾਰਤ ਨੇ 41 ਸਾਲਾਂ ਵਿੱਚ ਪਹਿਲੀ ਵਾਰ ਘੋੜਸਵਾਰੀ ਵਿੱਚ ਸੋਨ ਤਮਗਾ ਜਿੱਤਿਆ ਮੁਕੇ ਬਾਜੂ ਵਿੱਚ ਲਵਲੀਨਾ ਬੋਰਗੜਾਈ ਨੇ ਚਾਂਦੀ ਦਾ ਤਮਗਾ ਜਿੱਤ ਕੇ ਪੈਰਿਸ 올림픽 ਦਾ ਕੋਟਾ ਹਾਸਲ ਕੀਤਾ ਫ੍ਰੀਸਟਾਈਲ ਕੁਸ਼ੀ ਵਿੱਚ ਦੀਪਕ ਪੁੰਨਿਆ ਨੂੰ ਚਾਂਦੀ ਦਾ ਤਮਗਾ ਮਿਲਿਆ ਹੈ ਜਦਕਿ ਸ਼ਤਰੰਜ ਵਿੱਚ ਪਾਰਤੀ ਮਰਦਾਂ ਤੇ ਮਹਿਲਾ ਟੀਮਾਂ ਨੇ ਚਾਂਦੀ ਦੇ ਤਮਗੇ ਜਿੱਤੇ ਨੇ ਭਾਰਤ ਨੇ ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਖੇਡਿਆ ਗਿਆ ਮੈਚ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਹੈ। ਚਨਈ ਦੇ ਐਮ ਐ ਚੰਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਟਾਂ ਨਾਲ ਹਰਾ ਦਿੱਤਾ ਹੈ। ਆਸਟ੍ਰੇਲੀਆ ਨੇ ਟੌਸ ਜਿੱਤਣ ਉਪਰੰਤ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਉਸ ਦੀ ਸਾਰੀ ਟੀਮ ਮਿੱਥੇ 50 ਓਵਰਾਂ ਵਿੱਚ ਦੀਆਂ 3 ਗੇਂਦਾਂ ਬਾਕੀ ਰਹਿਂਦੀਆਂ 199 ਦੌਰਾਂ ਤੇ ਆਊਟ ਹੋ ਰਹੇ ਕਈਆਂ ਆਸਟ੍ਰੇਲੀਆ ਨੇ ਭਾਰਤ ਸਾਹਮਣੇ ਜਿੱਤ ਲਈ 200 ਦੜਾਂ ਦਾ ਟੀਚਾ ਰੱਖਿਆ ਜੋ ਭਾਰਤ ਦੇ ਖਿਡਾਰੀਆਂ ਨੇ 41.2 ਓਵਰਾਂ ਵਿੱਚ ਹਾਸਿਲ ਕਰ ਲਿਆ ਭਾਰਤ ਦੀ ਸ਼ੁਰੂਆਤ ਖਰਾਬ ਰਹੀ ਤੇ ਇਸ ਦੇ ਤਿੰਨ ਬੱਲੇਬਾਜ਼ ਬਿਨਾਂ ਖਾਤਾ ਖੋਲਿਆ ਹੀ ਆਊਟ ਹੋ ਗਏ ਜਿਸ ਤੋਂ ਬਾਅਦ ਵਿਰਾਟ ਕੋਹਲੀ ਤੇ ਕੇ ਐਲ ਰਾਹੁਲ ਨੇ ਖੇਡ ਨੂੰ ਸੰਭਾਲਿਆ ਤੇ 165 ਦੜਾਂ ਦੀ ਪਾਗੀਦਾਰੀ ਕੀਤੀ ਵਿਰਾਟ ਕੋਹਲੀ 85 ਦੜਾਂ ਬਣਾ ਕੇ ਆਊਟ ਹੋਏ ਤੇ ਜਦਕਿ ਕੇ ਐਲ ਰਾਹੁਲ 97 ਦੜਾਂ ਬਣਾ ਕੇ ਨਾਬਾਦ ਰਹੇ ਭਾਰਤ ਵੱਲ ੌਰਵਿੰਦਰ ਜੜੀਜਾ ਨੇ ਆਸਟ੍ਰੇਲੀਆ ਦੀਆਂ ਤਿੰਨ ਅਤੇ ਜਸਪ੍ਰਿਤ ਬੁਮਰਾ ਨੇ ਕੁਲਦੀਪ ਯਾਦਵ ਨੇ ਦੋ ਦੋ ਖਿਡਾਰੀਆਂ ਨੂੰ ਆਊਟ ਕੀਤਾ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆਰਐਨ ਯੂਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ X ਤੇ ਵੀ ਦੇਖ ਸਕਦੇ ਨੇ ਬੁਲੇਟਿਨ ਦੇ ਅਖੀਰ ਚ 49ਵੀਂਆਂ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਅੱਜ ਨਵੀਂ ਦਿੱਲੀ ਵਿੱਚ 4 ਦਿਨਾਂ ਤੱਕ ਚੱਲਣ ਵਾਲੀ ਖੇਤੀਬਾੜੀ ਉਪਜੋਗਨੀ ਪ੍ਰਣਾਲੀਆਂ ਬਾਰੇ ਅੰਤਰਰਾਸ਼ਟਰੀ ਖੋਜ ਕਾਨਫਰੰਸ ਦਾ ਉਦਘਾਟਨ ਕਰਨਗੇ ਵਿਦੇਸ਼ ਮੰਤਰਾਲੇ ਵੱਲੋਂ ਇਜ਼ਰਾਈਲ ਵਿੱਚ ਰਹਿ ਰਹੇ ਪਾਤਿਆਂ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ। 에ਅਰ ਇੰਡੀਆ ਦੇ テルਅਵੀਵ ਆਉਣ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ 14 ਅਕਤੂਬਰ ਤੱਕ ਰੱਦ ਕੀਤੀਆਂ। ਕੇਂਦਰੀ ਸਹਿਕਾਰਤਾ ਮੰਤਰਾਲੇ ਵੱਲੋਂ ਪਿੰਡੂ ਵਿਕਾਸ ਬੈਂਕ ਦੇ ਰਜਿਸਟਰਾ ਦਫ਼ਤਰਾਂ ਦਾ ਕੰਪਿਊਟਰਾਈਜ਼ ਕਰਨ ਦਾ ਫੈਸਲਾ। ਜਲੰਧਰ ਰਿਹਾਤਨਗਰ ਵਿੱਚ ਵਾਪਰੇ ਕਾ ਹੱਥ ਸੇ ਵਿੱਚ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਛਣਿਆ ਦੀ ਮੌਤ। ਦੰਦਾਂ ਦੀ ਸਾਮ ਸੰਭਾਲ ਲਈ ਵਧੀਆ ਸੇਵਾਵਾਂ ਲਈ ਫਰੀਦਕੋਟ ਜ਼ਿਲ੍ਹੇ ਨੂੰ ਕੀਤਾ ਗਿਆ ਸਨਮਾਨਿਤ। ਉਨ੍ਹਾਂ ਮਿਆਂ ਸ਼੍ਰੀ ਖੇਡਾ ਤੁਮੜਾ ਕੇ ਨਾਲ ਸੀਂਦੇ ਹਾਂਗਜ਼ੂ ਵਿੱਚ ਸੰਪਨ ਭਾਰਤ 28 ਸੋਨ ਤਮਗੀਆਂ ਸਮੇਤ ਕੁੱਲ 107 ਤਮਗੇ ਜਿੱਤ ਕੇ ਚੌਥੀ ਥਾਂ ਦੇ ਰਿਹਾ। ਵਿਸ਼ਵ ਕੱਪ ਕ੍ਰਿਕਟ ਵਿੱਚ ਭਾਰਤ ਦੀ ਸ਼ਾਨਦਾਰ ਜੇਤੂ ਸ਼ੁਰੂਆਤ ਆਸਟ੍ਰੇਲੀਆ ਨੂੰ ਪਹਿਲੇ ਮੈਚ ਵਿੱਚ 6 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ। ਨਮਸਕਾਰ।